ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਬੇਅਦਬੀ ਮਾਮਲੇ ਦੇ ਵਿੱਚ ਗ੍ਰਿਫਤਾਰ ਦੋ ਹੋਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ ਬੇਅਦਬੀ ਮਾਮਲੇ ਨੂੰ ਲੈ ਕੇ ਦਰਜ ਐਫ ਆਈ ਆਰ ਨੰਬਰ 128 2015 ਵਿੱਚ ਸਿਟੀ ਦੇ ਸਿਟ ਦੇ ਵੱਲੋਂ ਨਾਮਜ਼ਦ 6 ਡੇਰਾ ਪ੍ਰੇਮੀਆਂ ਚੋਂ ਹੁਣ ਬਾਕੀ ਦੋ ਰਹਿੰਦੇ ਡੇਰਾ ਪ੍ਰੇਮੀਆਂ ਨੂੰ ਅੱਜ ਫਰੀਦਕੋਟ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ ਬੇਅਦਬੀ ਮਾਮਲੇਾਂ ਦੀ ਜਾਂਚ ਕਰ ਰਹੀ ਸਿਟ ਵੱਲੋਂ ਐਫ ਆਈ ਆਰ ਨੰਬਰ 128 ਵਿੱਚ 6 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਦੋ ਡੇਰਾ ਪ੍ਰੇਮੀਆਂ ਦੀ ਪ੍ਰਦੀਪ ਸਿੰਘ ਤੇ ਨਿਸ਼ਾਨ ਸਿੰਘ ਦੀ ਜ਼ਮਾਨਤਰ ਜੀ ਧਾਇਰ ਕੀਤੀ ਗਈ ਸੀ ਪਰ ਹੇਠਲੀ ਅਦਾਲਤ ਨੇ ਰੱਦ ਕਰ ਦਿੱਤੀ ਸੀ ਇਸੇ ਦੌਰਾਨ ਐਫ ਆਈ ਆਰ ਨੰਬਰ 117 2015 ਜੋ ਕਿ ਭੱਦੀ ਸ਼ਬਦਾਵਲੀ ਵਾਲੇ ਹੱਥ ਲਿਖਤੀ ਪੋਸਟਰਾਂ ਨੂੰ ਲੈ ਕੇ ਦਰਜ ਕੀਤੀ ਗਈ ਸੀ ਉਸ ਮਾਮਲੇ ਵਿੱਚ ਵੀ ਇਹਨਾਂ ਮੁਲਜ਼ਮਾਂ ਦੇ ਵਿੱਚੋਂ ਚਾਰ ਵਿਅਕਤੀ ਸ਼ਕਤੀ ਸਿੰਘ, ਰਣਜੀਤ ਸਿੰਘ, ਭੂਲਾ, ਸੁਖਜਿੰਦਰ ਤੇ ਬਲਜੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਬਚਾਅ ਪੱਖ ਵੱਲੋਂ ਇਹਨਾਂ ਚਾਰਾਂ ਮੁਲਜ਼ਮਾਂ ਦੀ ਦੋਵਾਂ ਮਾਮਲਿਆਂ ਦੇ ਵਿੱਚ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਜੀਐਮਆਈਸੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਚਾਰ ਦੋਚੀਆਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਦਿੱਤੀਆਂ ਗਈਆਂ ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ 올림픽ਸ 'ਚ ਨਜ਼ਰ ਆਇਆ ਪੀਐਮ ਮੋਦੀ ਟੋਕੀਓ 올림픽ਸ ਦੇ ਵਿੱਚ ਭਾਰਤੀ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਤੋਂ ਖੁਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅੱਜੇ ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਹਰ ਖੇਡ 'ਚ ਨਜ਼ਰ ਆਇਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਵਰਚੁਅਲ ਸੰਬੋਧਨ 'ਚ ਕਿਹਾ ਕਿ ਇਸ ਵਾਰ ਦੇਸ਼ ਦੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ 올림픽ਲੀ ਕੁਆਲੀਫਾਈ ਕੀਤਾ ਹੈ ਤੇ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਿਛਲੇ 100 ਸਾਲਾਂ ਵਿੱਚ ਸਭ ਤੋਂ ਵੱਡੀ ਮਹਾਮਾਰੀ ਨਾਲ ਜੂਝਦੇ ਹੋਏ ਅਸੀਂ ਇਹ ਹਾਸਲ ਕੀਤਾ ਹੈ ਅਜਿਹੇ ਖੇਡਾਂ ਹਨ ਜਿਨ੍ਹਾਂ 'ਚ ਸਾਰੇ ਖਿਡਾਰੀਆਂ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਖੜਾਰੀਆਂ ਨੇ ਸਿਰਫ ਕੁਆਲੀਫਾਈ ਨਹੀਂ ਕੀਤਾ ਸਗੋ ਸਖਤ ਵੀ ਟੱਕਰ ਦੀ ਦੇ ਰਹੇ ਹਨ ਹਰ ਘਰ ਅਤੇ ਦੁਕਾਨ 'ਚ ਲੱਗਣਗੇ ਸਮਾਰਟ ਮੀਟਰ ਰੀਡਰ ਨਹੀਂ ਆਏਗਾ ਬਿੱਲ ਦੀ ਡਿਟੇਲ ਈਮੇਲ ਅਤੇ ਮੈਸੇਜ ਰਾਹੀਂ ਮਿਲੇਗੀ ਹੁਣ ਤੁਹਾਡੇ ਘਰ ਪਾਵਰਕਾਮ ਦਾ ਮੀਟਰ ਰੀਡਰ ਰੀਡਿੰਗ ਕਰਨ ਨੋਟ ਕਰਨ ਨਹੀਂ ਆਏਗਾ ਬਲਕਿ ਈਮੇਲ ਜਾਂ ਰਜਿਸਟਰਡ ਮੋਬਾਈਲ ਨੰਬਰ ਤੇ ਸਿੱਧਾ ਮੈਸੇਜ ਆਵੇਗਾ ਸ਼ਹਿਰ ਦੇ ਵਿੱਚ 10000 ਮੀਟਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜੋ ਘਰਾਂ ਦੁਕਾਨਾਂ ਅਤੇ ਦਫ਼ਤਰਾਂ ਚੋਂ ਬਿਜਲੀ ਚੋਰੀ ਰੋਕਣ ਲਈ ਲਾਏ ਜਾਣਗੇ ਇਸ ਚੂ ਰੇਡੀਓ ਫ੍ਰੀਕਵੈਂਸੀ ਉਪਕਰਨ ਲੱਗੇ ਹੋਣਗੇ ਜੋ ਰੀਡਿੰਗ ਦਾ ਡਾਟਾ ਪਾਵਰਕਾਮ ਦਾ ਕੰਟਰੋਲ ਰੂਮ ਨੂੰ ਦੇਣਗੇ ਹਾਲਾਂਕਿ ਮੋਬਾਈਲ ਦੀ ਤਰ੍ਹਾਂ ਰੀਚਾਰਜ ਦੀ ਆਪਸ਼ਨ ਵੀ ਰਹੇਗੀ ਪਾਵਰਕਾਮ ਨੂੰ ਫਾਇਦਾ ਹੋਵੇਗਾ ਕਿ ਬਿਜਲੀ ਚੋਰੀ ਤੇ ਰੋਕ ਲੱਗੇਗੀ ਜਦ ਕੇ ਖਪਤਕਾਰ ਖਪਤ ਦੇ ਹਿਸਾਬ ਨਾਲ ਰੀਚਾਰਜ ਕਰਵਾ ਸਕਦੇ ਨੇ ਪੋਸਟਪੇਡ ਸਹੂਲਤ ਚ ਬਿੱਲ ਸਮਾਰਟਫੋਨ ਅਤੇ ਈਮੇਲ ਉੱਪਰ ਆਇਆ ਕਰਨਗੇ ਇਸ ਦੇ ਨਾਲ ਐਵਰੇਜ ਬਿੱਲ ਦੀ ਪਰੇਸ਼ਾਨੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਾਵਰ ਕਾਮ ਫਿਲਹਾਲ ਬਿਜਲੀ ਚੋਰੀ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਮਾਰਟ ਮੀਟਰ ਲਾ ਰਿਹਾ ਪਰ ਇਸ ਨੂੰ ਹਰੇਕ ਘਰ 'ਚ ਲਗਵਾਉਣ ਦਾ ਪ੍ਰਸਤਾਵ ਪਾਸ ਹੋ ਚੁੱਕਾ ਹੈ ਰੀਚਾਰਜ ਖਤਮ ਹੋਣ ਤੋਂ 48 ਘੰਟੇ ਪਹਿਲਾਂ ਮੈਸੇਜ ਮਿਲੇਗਾ ਪੂਰੇ ਸਿਸਟਮ ਨੂੰ ਪਟਿਆਲਾ ਤੋਂ ਹੈਂਡਲ ਕੀਤਾ ਜਾਵੇਗਾ ਰੀਚਾਰਜ ਨਾ ਕਰਵਾਉਣ ਤੇ ਸਪਲਾਈ ਆਟੋਮੈਟਿਕ ਬੰਦ ਹੋ ਜਾਵੇਗੀ ਪੋਸਟਪੇਡ ਵਿੱਚ ਵੀ ਇਹੋ ਜਿਹੀ ਸੁਵਿਧਾ ਦਿੱਤੀ ਜਾਵੇਗੀ ਵੱਧ ਲੋਡ ਇਸਤੇਮਾਲ ਕਰਨ ਤੇ ਲੱਗੇਗਾ ਜੁਰਮਾਨਾ ਹਿੱਟ ਐਂਡ ਰਨ ਦੇ ਮਾਮਲਿਆਂ 'ਚ ਵਧੇਗੀ ਮੁਆਵਜ਼ਾ ਰਾਸ਼ੀ ਮਰਤਕ ਦੇ ਪਰਿਵਾਰਾਂ ਨੂੰ 80 ਲੱਖ ਰੁਪਏ ਤੱਕ ਦੇਣ ਦੀ ਤਿਆਰੀ ਸਰਕਾਰ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆਣ ਵਾਲੇ ਲੋਕਾਂ ਦੇ ਮੁਆਵਜ਼ੇ ਦੀ ਰਕਮ ਵਧਾਉਣ ਦੀ ਤਿਆਰੀ ਕਰ ਰਹੀ ਆ ਸੜਕ ਆਵਾਜਾਈ ਮੰਤਰਾਲੇ ਨੇ ਹਿੱਟ ਐਂਡ ਰਨ ਮਾਮਲਿਆਂ ਵਿੱਚ ਮੌਤਾਂ ਦੇ ਮੁਆਵਜ਼ੇ ਵਿੱਚ 8 ਗੁਣਾ ਵਾਧੇ ਦੇ ਨਿਯਮ ਨੂੰ ਅੰਤਮ ਰੂਪ ਦੇ ਦਿੱਤਾ ਇਸ ਵਿੱਚ ਸ਼ਾਮਲ ਵਾਹਨਾਂ ਦੀ ਪਛਾਣ ਨਹੀਂ ਹੋ ਸਕੇ ਇਸ ਤਰ੍ਹਾਂ ਬੀਮਾ ਯੋਗਤ ਵਾਹਨਾਂ ਨੂੰ ਸ਼ਾਮਲ ਕਰਨ ਵਾਲੇ ਸੜਕ ਹਾਦਸਿਆਂ ਵਿੱਚ ਮੌਤ ਅਤੇ ਗੰਭੀਰ ਸੱਟਾਂ ਦੇ ਮਾਮਲੇ 'ਚ ਨੋ ਨੋ ਫੋ ਅਲਟ ਲਾਇਬਿਲਟੀ ਦੇ ਅਧੀਨ ਮੁਆਵਜ਼ਾ 10 ਗੁਣਾ ਵਧਾਇਆ ਜਾਵੇਗਾ ਮੁਆਵਜ਼ੇ ਦੀ ਰਕਮ ਵਧਾਉਣ ਦਾ ਉਦੇਸ਼ ਪੀੜਤ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਲਦੀ ਰਾਹਤ ਪ੍ਰਦਾਨ ਕਰਨਾ ਹੈ ਰਿਪੋਰਟ ਦੇ ਅਨੁਸਾਰ ਕਿਸੇ ਵੀ ਹਿੱਟ ਐਂਡ ਰਨ ਮਾਮਲੇ ਵਿੱਚ ਮਾਰੇ ਗਏ ਵਿਅਕਤੀ ਲਈ ਮੁਆਵਜ਼ਾ 2 ਲੱਖ ਰੁਪਏ ਨਿਰਧਾਰਤ ਕੀਤਾ ਜਾਵੇਗਾ ਜੋ ਇਸ ਸਮੇਂ ਸਿਰਫ 25000 ਹੈ 67 ਸਾਲਾ ਵਿਅਕਤੀ ਨੇ 19 ਸਾਲਾਂ ਦੀ ਕੁੜੀ ਨਾਲ ਰਚਾਇਆ ਵਿਆਹ ਹਾਈ ਕੋਰਟ ਤੇ ਚੁੱਕੇ ਸਵਾਲ ਦਿੱਤੇ ਜਾਂਚ ਦੇ ਹੁਕਮ ਵੱਡੀ ਖਬਰ ਆ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਪੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪ੍ਰੇਮ ਵਿਆਹ ਤੋਂ ਬਾਅਦ ਸੁਰੱਖਿਆ ਮੰਗਣ ਵਾਲੇ ਮਾਮਲੇ ਹਰ ਰੋਜ਼ ਹਾਈ ਕੋਰਟ ਵਿੱਚ ਆਉਂਦੇ ਨੇ ਲੇਕਿਨ ਹਾਈ ਕੋਰਟ ਵਿੱਚ ਅਜਿਹੇ ਲਵ ਮੈਰਿਜ ਤੋਂ ਬਾਅਦ ਸੁਰੱਖਿਆ ਲੈਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੇ ਖੁਦ ਹਾਈ ਕੋਰਟ ਨੇ ਸਵਾਲ ਚੁੱਕਦਿਆਂ ਐਸਪੀ ਪਲਵਲ ਨੂੰ ਜਾਂਚ ਦੇ ਆਦੇਸ਼ ਦਿੱਤੇ ਨੇ ਇਹ ਮਾਮਲਾ ਹਰਿਆਣਾ ਦੇ ਪਲਵਲ ਦਾ ਜਿੱਥੇ 67 ਸਾਲ ਦਾ ਵਿਅਕਤੀ 19 ਸਾਲ ਦੀ ਲੜਕੀ ਨਾਲ ਵਿਆਹ ਕੀਤਾ ਹੁਣ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਆ ਇਸ ਤੇ ਸਵਾਲ ਉਠਾਉਂਦੇ ਹੋਏ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਕੋਈ ਆਮ ਮਾਮਲਾ ਨਹੀਂ ਅਜਿਹੀ ਸਥਿਤੀ ਚ ਲੜਕੀ ਨੂੰ ਪੁੱਛਗਿੱਛ ਕਰਨੀ ਜ਼ਰੂਰੀ ਹੈ ਕਿ ਉਸਨੇ ਕਿਸੇ ਦੇ ਦਬਾਅ ਹੇਠਾਂ ਵਿਆਹ ਤਾਂ ਨਹੀਂ ਕੀਤਾ ਹਾਲਾਂਕਿ ਦੋਵੇਂ ਮੁਸਲਮਾਨ ਹਨ ਅਜਿਹੀ ਸਥਿਤੀ ਵਿੱਚ ਹਾਈ ਕੋਰਟ ਨੇ 67 ਸਾਲ ਦੇ ਵਿਅਕਤੀ ਬਾਰੇ ਵੀ ਜਾਣਕਾਰੀ ਮੰਗੀ ਹੈ ਕਿ ਇਸ ਵਿਅਕਤੀ ਨੇ ਵਿਆਹ ਪਹਿਲਾਂ ਤਾਂ ਨਹੀਂ ਕਰਵਾਇਆ ਤੇ ਪਹਿਲਾ ਵਿਆਹ ਕੀਤਾ ਤਾਂ ਉਸਨੇ ਕਿੰਨੀ ਵਾਰ ਵਿਆਹ ਕੀਤਾ ਹੈ ਹਾਈ ਕੋਰਟ ਪਲਵ ਹਾਈ ਕੋਰਟ ਨੇ ਪਲਵਲ ਦੇ ਐਸਪੀ ਨੂੰ ਜਾਂਚ ਕਰਨ ਤੋਂ ਬਾਅਦ ਅਗਲੀ ਸੁਣਵਾਈ ਤੇ ਹਾਈ ਕੋਰਟ ਵਿੱਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤੇ ਨੇ ਹਾਈ ਕੋਰਟ ਨੇ ਆਦੇਸ਼ ਦਿੱਤਾ ਕਿ ਲੜਕੀ ਤੋਂ ਪੁੱਛਗਿੱਛ ਕਰਨ ਲਈ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਲਗਾਇਆ ਜਾਵੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਕਿ ਉਸ ਨੂੰ ਕਿਸੇ ਦੇ ਦਬਾਅ ਹੇਠਾਂ ਵਿਆਹ ਕੀਤਾ ਜੇ ਜ਼ਰੂਰੀ ਹੈ ਤਾਂ ਲੜਕੀ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਵੇ 올림픽 ਤੋਂ ਖਾਲੀ ਹੱਥ ਪਰਤੇ ਤੀਰ ਅੰਦਾਜ਼ ਪ੍ਰਵੀਨ ਜਾਦਵ ਦੇ ਪਰਿਵਾਰ ਨੂੰ ਮਿਲ ਰਹੀਆਂ ਹਨ ਧਮਕੀਆਂ ਆਪਣੇ ਪਹਿਲੇ 올림픽 ਤੋਂ ਪਰਤੇ ਪ੍ਰਵੀਨ ਜਾਦਵ ਦੇ ਪਰਿਵਾਰ ਮੈਂਬਰਾਂ ਨੂੰ ਈਰਖਾ ਕਾਰਨ ਵਾਲੇ ਗਵਾਂਢੀ ਧਮਕੀਆਂ ਦੇ ਰਹੇ ਹਨ ਹਾਲਾਂਕਿ ਉਹ ਆਪਣੇ 3 ਦੇ ਘਰ ਦੀ ਮੁਰੰਮਤ ਨਾ ਕਰਵਾਉਣ ਜਾਦਵ 올림픽 ਜੂ ਰੈਂਕਿੰਗ ਦੇ ਦੌਰਾਨ ਆਪਣੇ ਸੀਨੀਅਰ ਸਾਥੀ ਅਤਨੂ ਦਾਸ ਅਤੇ ਤਰਨਦੀਪ رائے ਤੋਂ ਅੱਗੇ ਰਹੇ ਸਨ ਇਸ ਤੋਂ ਬਾਅਦ ਮਿਕਸਡ ਡਬਲਸ ਦੀ ਦੀਪਿਕਾ ਕੁਮਾਰੀ ਦੇ ਨਾਲ ਉਹਨਾਂ ਨੂੰ ਉਤਾਰਿਆ ਗਿਆ ਪਰ ਉਹ ਆਖਰੀ 8 ਤੋਂ ਬਾਹਰ ਹੋ ਗਏ ਪਰ ਮਹਾਰਾਸ਼ਟਰ ਦੇ 17 ਜ਼ਿਲ੍ਹੇ ਦੇ ਉਹਨਾਂ ਦੇ ਸਰਾਡੇ ਪਿੰਡ ਵਿੱਚ ਉਹਨਾਂ ਦੀ ਸ਼ੋਹਰਤ ਦੇ ਨਾਲ ਈਰਖਾ ਕਰਨ ਵਾਲੇ ਗਵਾਂਢੀ ਉਹਨਾਂ ਨੂੰ ਧਮਕੀ ਫਰੇ ਫੋਨ ਕਰ ਰਹੇ ਹਨ ਜਾਦਵ ਨੇ ਕਿਹਾ ਕਿ ਸਵੇਰੇ ਇੱਕ ਪਰਿਵਾਰ ਦੇ 5-6 ਲੋਕ ਆ ਕੇ ਮੇਰੇ ਮਾਤਾ ਚਾਚਾ ਚਾਚੀ ਨੂੰ ਧਮਕਾਉਣ ਲੱਗੇ ਬੇਰੋਜ਼ਗਾਰ ਮੋਰਚੇ ਦੀ ਮੀਟਿੰਗ ਮੋੜ ਬੇਸਟਾ ਜਲਦੀ ਮੂਤੀ ਮੈਲ ਦਾ ਘਰਾਓ ਕਰਨ ਦੀ ਦਿੱਤੀ ਚੇਤਾਵਨੀ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੀ ਕੋਠੀ ਦੇ ਗੇਟ ਉੱਤੇ ਕਰੀਬ ਪਿਛਲੇ 7 ਮਹੀਨੇ ਤੋਂ ਪੱਕੇ ਮੋਰਚੇ ਲਾ ਕੇ ਬੈਠੇ ਬੇਰੋਜ਼ਗਾਰ ਸਾਂਝੇ ਮੋਰਚੇ ਦੇ ਪ੍ਰਮੁੱਖ ਸਕੱਤਰ ਸੁਰੇਸ਼ ਸਿੱਖਿਆ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਲ ਹੋਈ ਪੈਨਲ ਮੀਟਿੰਗ ਮੋੜ ਬੇਸਟਾ ਰਹੀਆ ਮੋਰਚੇ ਦੇ ਆਗੂ ਸੋ ਕੁਵਿੰਦਰ ਸਿੰਘ ਢਿੱਲਵਾ ਹਰਜਿੰਦਰ ਸਿੰਘ ਚੁਨੀਰ ਕ੍ਰਿਸ਼ਨ ਸਿੰਘ ਨਾਬਾ ਜਗਸੀਰ ਸਿੰਘ ਘੁਮਾਨ ਆਦ ਨੇ ਦੱਸਿਆ ਕਿ ਉਮਰ ਹੱਦ ਦੇ ਵਿੱਚ ਛੋਟ ਸਮੇਤ ਸਾਰੀਆਂ ਖਾਲੀ ਅਸਾਮੀਆਂ ਦੀ ਮੰਗ ਸਮੇਤ ਅਨੇਕਾਂ ਮੰਗਾਂ ਲਈ ਮੋਰਚੇ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਸ ਉੱਤੇ சுரேਸ਼ ਕੁਮਾਰ ਦੇ ਉਮਰ ਹੱਦ ਛੋਟ ਦੇ ਸਬੰਧੀ ਕਿਹਾ ਕਿ ਮਸਲਾ ਪਰਸਨਲ ਵਿਭਾਗ ਵਿੱਚ ਲਜਾਇਆ ਜਾਵੇਗਾ ਜਦਕਿ ਭਰਤੀ ਸੰਬੰਧੀ ਕੋਈ ਵੀ ਠੋਸ ਭਰਪੂਰ ਜਾਣ ਭਰੋਸਾ ਦੇਣ ਦੀ ਬਜਾਏ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਿਆ ਜਦ ਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ 31 ਮਾਰਚ 2022 ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਭਰਨ ਦਾ ਪ੍ਰੋਸਾ ਦਿੱਤਾ ਜਦ ਕਿ ਬੇਰੋਜ਼ਗਾਰਾਂ ਨੂੰ ਪਹਿਲੇ ਵਾਂਗ ਦਿੱਤਾ ਗਿਆ ਲਾਰਾ ਆਖਿਆ ਹੈ ਪੰਜਾਬ ਦੇ ਚਾਰ ਨਵੇਂ ਮੈਡੀਕਲ ਕਾਲਜਾਂ ਚੋਂ ਐਮਬੀਬੀ ਐਸ ਸੀਟਾਂ ਦੁੱਗਣੀਆਂ ਹੋਣਗੀਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਪੀ ਸੋਨੀ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਬਣਾਏ ਜਾ ਰਹੇ ਚਾਰ ਨਵੇਂ ਮੈਡੀਕਲ ਕਾਲਜਾਂ ਲਈ ਵਿੱਤੀ ਗ੍ਰਾਂਟ ਦੀ ਪਹਿਲੀ ਕਿਸ਼ਤ ਨੂੰ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਆ ਇਹਨਾਂ ਦੀ ਸਥਾਪਨਾ ਦਾ ਕੰਮ ਜਲਦੀ ਸ਼ੁਰੂ ਹੋ ਰਿਹਾ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਐਮਬੀਬੀਐਸ ਦੀਆਂ ਸੀਟਾਂ 700 ਤੋਂ ਵੱਧ ਕੇ 1500 ਹੋ ਜਾਣਗੀਆਂ ਨਵੇਂ ਮੈਡੀਕਲ ਕਾਲਜ ਕਪੂਰਥਲਾ ਹੁਸ਼ਿਆਰਪੁਰ ਮੋਹਾਲੀ ਅਤੇ ਮਲੇਰਕੋਟਲਾ ਵਿੱਚ ਬਣਨਗੇ ਫਗਵਾੜਾ ਨੇੜੇ ਪਿੰਡ ਬਿਰਖਵਾ ਬਿਰਕ ਦੇ ਵਿੱਚ ਨਵੇਂ ਜੀਬੀ ਇੰਸਟੀਚਿਊਟ ਆਫ ਨਰਸਿੰਗ ਅਤੇ ਹੋਮ ਸਾਇੰਸਸ ਦਾ ਉਦਘਾਟਨ ਕਰਨ ਉਪਰੰਤ ਪત્રਕਾਰ ਨਾਲ ਗੱਲਬਾਤ ਕਰਦੇ ਹੋਏ ਪੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜਟ 2021-22 ਵਿੱਚ ਹशियाਰਪੁਰ ਅਤੇ ਕਪੂਰਥਲਾ ਦੇ ਹਰੇਕ ਮੈਡੀਕਲ ਕਾਲਜ ਲਈ 4 ਕਰੋੜ ਰੁਪਏ ਜਾਰੀ ਰਾਸ਼ੀ ਕਰਨ ਤੋਂ ਇਲਾਵਾ ਇਸ ਸੰਬੰਧੀ ਵਿਵਸਥਾ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਟੋਕੀਓ 올림픽 ਪੀਵੀ ਦਾ ਪੀਵੀ ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ ਤੇ ਹੋਇਆ ਸ਼ਾਨਦਾਰ ਸਵਾਗਤ ਟੋਕੀਓ 올림픽 ਦੇ ਵਿੱਚ ਬੈਡਮਿੰਟਨ ਦੇ ਸਿੰਗਲਿਸ ਮੁਕਾਬਲੇ ਚ ਕਾਂਸੀ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਪੀਵੀ ਸਿੰਧੂ ਦਾ ਮੰਗਲਵਾਰ ਦੁਪਹਿਰ ਨੂੰ ਰਾਜਸਤਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਨੂੰ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ 29% ਦੀ ਵੱਧ ਮਾਲੀਆ ਹੋਇਆ ਇਕੱਠਾ। ਪੰਜਾਬ ਸਰਕਾਰ ਨੂੰ ਇਸ ਜੁਲਾਈ ਦੇ ਮਹੀਨੇ ਦੌਰਾਨ ਵੱਖ-ਵੱਖ ਵਸੂਲੀਆਂ ਦੇ ਆਧਾਰ ਤੇ 1533 ਕਰੋੜ ਰੁਪਏ ਦਾ ਜੀਐਸਟੀ ਮਾਲੀਆ ਇਕੱਤਰ ਹੋਇਆ ਹੈ ਪਿਛਲੇ ਸਾਲ 2002 ਦੌਰਾਨ। ਜੁਲਾਈ ਮਹੀਨੇ ਦੇ ਦੌਰਾਨ 1188 ਕਰੋੜ ਰੁਪਏ ਕੱਟੇ ਹੋਏ ਸਨ ਜਿਸ ਦੇ ਨਾਲ ਜੀਐਸਟੀ ਮਾਲੀਏ ਵਿੱਚ 29% ਦੀ ਵਾਧਾ ਹੋਇਆ ਸੀ ਇਹਨਾਂ ਵੱਖ-ਵੱਖ ਵਸੂਲੀਆਂ ਵਿੱਚ ਸਟੇਟ ਗੁੱਡਸ ਐਂਡ ਸਰਵਿਸ ਟੈਕਸ ਐਂਡ ਸੈਂਟਰਲ ਗੁੱਡਸ ਐਂਡ ਸਰਵਿਸ ਟੈਕਸ ਐਂਡ ਇੰਟੀਗ੍ਰੇਟ ਗੁੱਡਸ ਐਂਡ ਸਰਵਿਸ ਟੈਕਸ ਅਤੇ ਸੈਸ ਹੈਡ ਸ਼ਾਮਲ ਹਨ ਇਹ ਟੈਕਸ ਸਟੇਟ ਗੁੱਡਸ ਐਂਡ ਸਰਵਿਸ ਟੈਕਸ ਹੈ ਜੋ ਕੇਂਦਰ ਵੱਲੋਂ ਹਰ ਮਹੀਨੇ ਤਬਦੀਲ ਕੀਤੀ ਇੰਟਰਸਟੇਟ ਸਪਲਾਈ ਅਤੇ ਨਗਦ ਇਕੱਠਾ ਕੀਤਾ ਜਾਂਦਾ ਹੈ ਵਿੱਤ ਮੰਤਰੀ ਦੇ ਐਲਾਨ ਨੂੰ ਵੀ ਵਿੱਤ ਵਿਭਾਗ ਨੇ ਇਹੀ ਨਹੀਂ ਮੰਨਿਆ ਮੁੱਖ ਮੰਤਰੀ ਦੇ ਐਲਾਨ ਵੀ ਗਏ ਠੰਡੇ ਬਸਤੇ ਚ ਆਪਣੇ ਕਾਰਜਕਾਲ ਦੇ 4.5 ਸਾਲ ਪੂਰੇ ਹੋਣ ਦੇ ਨੇੜੇ ਕੈਪਟਨ ਸਰਕਾਰ ਨੇ ਆਪਣੇ ਐਲਾਨਾਂ ਦੀਆਂ ਫਾਈਲਾਂ ਖੰਗਾਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਉਹ ਐਲਾਨ ਹਨ ਜੋ ਪੰਜਾਬ ਸਰਕਾਰ ਨੇ ਕਦੇ ਵਿਧਾਨ ਸਭਾ ਚੋਂ ਤੱਕ ਕਦੇ ਮੰਤਰੀ ਮੰਡਲ ਦੀਆਂ ਬੈਠਕਾਂ ਚੋਂ ਮਨਜ਼ੂਰ ਕੀਤੇ ਸਨ ਸੂਤਰ ਦੱਸਦੇ ਨੇ ਕਿ ਮੁੱਖ ਮੰਤਰੀ ਦਾ ਪਾਰਾ ਇਸ ਗੱਲ ਨੂੰ ਵੇਖ ਕੇ ਚੜਦਾ ਜਾ ਰਿਹਾ ਕਿ ਅਨੇਕ ਐਲਾਨ ਹੋਣ ਦੇ ਬਾਵਜੂਦ ਅਫਸਰਸ਼ਾਹੀ ਨੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਤੇ ਨਾ ਹੀ ਵਕਤ ਰਹਿੰਦਾ ਸਰਕਾਰ ਨੂੰ ਉਸ ਦਾ ਕੋਈ ਜਵਾਬ ਦਿੱਤਾ ਦਰਅਸਲ ਸੱਤਾਧਾਰੀ ਕਾਂਗਰਸ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੇਂ ਚੋਣ ਐਲਾਨ ਪੱਤਰ ਨੂੰ ਤਿਆਰ ਕਰਨ ਦੀ ਤਿਆਰੀ ਵਿੱਚ ਕਰਨ ਦੇ ਨਾਲ-ਨਾਲ ਆਪਣੇ ਵਾਅਦਿਆਂ ਤੇ ਐਲਾਨ ਵੀ ਪੁਨਾਉਣਾ ਚਾਹੁੰਦੀ ਹੈ ਸ਼ਾਇਦ ਸਰਕਾਰ ਦੇ ਲਈ ਅੰਤਮ ਸਾਲ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਅਤੇ ਕਰਵਾਏ ਗਏ ਕੰਮਾਂ ਦੀ ਸਮੀਖਿਆ ਦਾ ਹੁੰਦਾ ਇਸ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਭੇਜ ਕੇ ਉਨ੍ਹਾਂ ਐਲਾਨਾਂ ਬਾਰੇ ਪੁੱਛਿਆ ਜੋ ਸੱਤਾਧਾਰੀ ਕਾਂਗਰਸ ਪਾਰਟੀ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਜਾਂ ਮੰਤਰੀ ਮੰਡਲ ਜਾਂ ਕਿਸੇ ਹੋਰ ਰੂਪ ਵਿੱਚ ਕੀਤੇ ਸੀ ਸਰਕਾਰ ਨੇ ਨਾ ਐਲਾਨਾਂ ਦੇ ਹਾਲਤ ਬਾਰੇ ਪੁੱਛਿਆ ਸੂਤਰ ਦੱਸਦੇ ਨੇ ਕਿ ਸਰਕਾਰ ਖੁਦ ਇਸ ਗੱਲ ਤੇ ਹੈਰਾਨ ਪ੍ਰੇਸ਼ਾਨ ਹੋ ਰਹੀ ਹੈ ਕਿ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਵੱਲੋਂ ਕੀਤੇ ਗਏ ਐਲਾਨਾਂ ਦੇ ਵਿੱਚੋਂ ਕਈ ਐਲਾਨਾਂ ਨੂੰ ਵੱਖ-ਵੱਖ ਵਿਭਾਗਾਂ ਨੇ ਨਾ ਤਾਂ ਸ਼ੁਰੂ ਕੀਤਾ ਨਾ ਹੀ ਸਰਕਾਰ ਨੂੰ ਕੋਈ ਜਵਾਬ ਦਿੱਤਾ ਪੰਜਾਬ ਤੋਂ ਮਲੇਸ਼ੀਆ ਤੱਕ ਫੈਲਿਆ ਠੱਗ ਟਰੈਵਲ ਏਜੰਟਾਂ ਦਾ ਗਰੁੱਪ ਪਤੀ-ਪਤਨੀ ਨੂੰ ਵਰਕ ਪਰਮਿਟ ਦਾ ਕਹਿ ਕੇ ਟੂਰਿਸਟ ਵੀਜ਼ੇ ਤੇ ਭੇਜਿਆ ਮਲੇਸ਼ੀਆ ਡਾਲਰਾਂ ਤੇ ਪੌਂਡਾਂ ਦੀ ਚਮਕ ਵੇਖ ਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਰੁਕ ਕਰਦੇ ਨੇ ਪਰ ਨੌਜਵਾਨਾਂ ਉੱਪਰ ਵਿਦੇਸ਼ ਜਾਂਦਾ ਪੂਤਸਵਾਰ ਹੋ ਜਾਂਦਾ ਤੇ ਇਸ ਗੱਲ ਦੀ ਵੀ ਸਮਝ ਨਹੀਂ ਆਉਂਦੀ ਕਿ ਠੱਗਾਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਦਾ ਨਤੀਜਾ ਦਾ ਭੁਗਤਣਾ ਪਵੇਗਾ ਉਹਨਾਂ ਤੋਂ ਪਿੱਛੇ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਕੀ ਹਾਲ ਹੋਵੇਗਾ ਅੱਜ ਉਸ ਵੇਲੇ ਪੰਜਾਬ ਪ੍ਰੈਸ ਕਲੱਬ ਤੋਂ ਦੇਖਣ ਨੂੰ ਮਿਲਿਆ ਜਦੋਂ ਠੱਗ ਡਾਕਟਰ ਤੇ ਉਸ ਦੀ ਟੀਮ ਵੱਲੋਂ ਜਲੰਧਰ ਤੋਂ ਮਲੇਸ਼ੀਆ ਵਰਕ ਪਰਮਿਟ ਤੇ ਭੇਜੇ ਗਏ ਪਤੀ ਪਤਨੀ ਨੂੰ ਟੂਰਿਸਟ ਵੀਜ਼ੇ ਤੇ ਭੇਜਦਾ ਜਿੱਥੇ ਉਹਨਾਂ ਨੂੰ ਜੇਲ੍ਹ ਹੋ ਗਈ 올림픽 ਦੇ ਵਿੱਚ ਚੱਕ ਦੇ ਇੰਡੀਆ ਪੁਰਸ਼ ਹਾਕੀ ਟੀਮ ਤੋਂ ਬਾਅਦ ਦੇਸ਼ ਦੀਆਂ ਧੀਆ ਨੇ ਰਚਾ ਇਤਿਹਾਸ ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ 올림픽ਸ ਦੇ ਵਿੱਚ ਇਤਿਹਾਸ ਰਚ ਦਿੱਤਾ ਮਹਿਲਾ ਟੀਮ ਪਹਿਲੀ ਵਾਰੀ 올림픽 ਦੇ ਸੈਮੀਫਾਈਨਲ ਵਿੱਚ ਪਹੁੰਚੀ ਭਾਰਤ ਨੇ ਅੱਜ ਕੁਆਰਟਰਫਾਈਨਲ ਮੈਚ ਵਿੱਚ ਤਿੰਨ ਵਾਰ ਦੀ ਸੋਨ ਤਗਮਾ ਜੇਤੂ ਆਸਟ੍ਰੇਲੀਆ ਨੂੰ ਹਰਾਇਆ ਮਹਿਲਾ ਟੀਮ ਦੇ ਦੂਜੇ ਕੁਆਰਟਰ ਵਿੱਚ ਆਸਟ੍ਰੇਲੀਆ ਉੱਤੇ ਇੱਕ ਗੋਲ ਦੀ ਬੜਤ ਹਾਸਲ ਦਰਜ ਕਰ ਲਈ ਜਿਸ ਨੂੰ ਟੀਮ ਨੇ ਅੰਤ ਤੱਕ ਬਰਕਰਾਰ ਰੱਖਿਆ ਭਾਰਤ ਦੀਆਂ ਤੀਆਂ ਨੇ ਪਹਿਲੀ ਤਿਮਾਹੀ ਤੋਂ ਹੀ ਆਸਟ੍ਰੇਲੀਆ ਉੱਤੇ ਦਬਾ ਦਬਾ ਬਣਾਇਆ ਹੋਇਆ ਹੈ ਪਹਿਲੇ ਕੁਆਰਟਰ ਵਿੱਚ ਕਿਸੇ ਵੀ ਟੀਮ ਨੂੰ ਗੋਲ ਕਰਨ ਦਾ ਮੌਕਾ ਨਹੀਂ ਮਿਲਿਆ ਦੂਜੇ ਕੁਆਰਟਰ ਵਿੱਚ ਗਰਜੀਤ ਕੌਰ ਨੇ ਖੇਡ ਦੇ 22ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ ਬੜਤ ਦਵਾਈ ਤੇ ਬੜਤ ਅੰਤ ਤੱਕ ਕਾਇਮ ਰਹੀ ਤੇ ਭਾਰਤ ਇੱਕ 0 ਨਾਲ ਜੇਤੂ ਰਹੀ। ਭਾਰਤ ਨੇ ਇਹ ਗੋਲ ਪਲੈਂਟੀ ਕਾਨਰ ਤੋਂ ਕੀਤਾ ਸੀ। ਅਦਾਲਤ ਨੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਸਮੇਤ 9 ਵਿਅਕਤੀਆਂ ਨੂੰ ਕੀਤਾ ਬਰੀ। ਮਾਨਯੋਗ ਅਦਾਲਤ ਸਬਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਰਾਮਪੁਰਾ ਫੂਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਵੱਲ ਸਮੇਤ 9 ਵਕਤਿਆਂ ਨੂੰ ਬਰੀ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਐਡਵੋਕੇਟ ਜੀਤਪਾਲ ਸਿੰਘ ਮੰਡੇਰ ਨੇ ਦੱਸਿਆ ਕਿ 2015 ਦੇ ਵਿੱਚ ਕੇਸ ਦਰਜ ਕੇਸ ਤੇ ਫੈਸਲਾ ਸੁਣਾਉਂਦਿਆਂ ਸਾਰਿਆਂ ਨੂੰ ਬਰੀ ਕਰ ਦਿੱਤਾ ਹੈ। ਭਾਰੀ ਸੁਰੱਖਿਆ ਹੇਠ ਗੈਂਗਸਟਰ ਪ੍ਰੀਤ ਸੇਖੋ ਅਮਰਤਸਰੀਆ ਅਦਾਲਤ ਵਿੱਚ ਪੇਸ਼ ਵਧਿਆ ਰਿਮਾਂਡ ਪਿਛਲੇ ਦਿਨੀ ਥਾਣਾ ਜਨਾਲਾ ਦੇ ਨੌਂਦੇ ਪਿੰਡ ਚ ਮਿਆਰੀ ਤੋਂ ਭਾਰੀ ਪੁਲਿਸ ਫੋਰਸ ਵੱਲੋਂ ਕਾਬੂ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋ ਅਮਰਤਸਰੀਆ ਜਰਮਨਜੀਤ ਨਿੱਕੂ ਖੰਡੂਰੀਆ ਤੇ ਗੁਰਲਾਲ ਸਿੰਘ ਨਾਂ ਦਾ 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਜਨਾਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਬੰਧੀ ਪੁਲਿਸ ਥਾਲਾ ਅਜਨਾਲਾ ਦੇ ਐਸਐਚਓ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਗੈਂਗਸਟਰ ਪ੍ਰੀਤ ਸੇਖੋ ਅਤੇ ਨਿੱਕੂ ਖੰਡੂਰੀਆ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਦੇ ਦੁਬਾਰਾ ਭੇਜ ਦਿੱਤਾ ਜਦਕਿ ਇੱਕ ਸਾਥੀ ਗੁਰਲਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੁਖਬੀਰ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਬਾਰੇ ਬਲਵੀਰ ਸਿੰਘ ਢੋਲ ਵੱਲੋਂ ਲਿਖੀ ਪੁਸਤਕ ਕੀਤੀ ਰਿਲੀਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਾਬਕਾ ਅਧਿਕਾਰੀ ਬਲਵੀਰ ਸਿੰਘ ਢੋਲ ਵੱਜੋਂ ਪੰਜ ਵਾਰ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਜੀਵਨ ਬਾਰੇ ਲਿਖੀ ਪੁਸਤਕ ਨੇੜਿਓਂ ਤੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਰਿਲੀਜ਼ ਕੀਤੀ ਮੋਹਾਲੀ ਦੀ ਸੀਰਤ ਗਿੱਲ ਨੇ 10ਵੀਂ ਦੀ CBSE ਚੋਂ ਨਤੀਜਿਆਂ ਨੂੰ ਹਾਸਲ ਕੀਤੇ 95% ਦੀ ਅੰਕ ਲਰਨਿੰਗ ਪਾਥ ਸਕੂਲ ਸੈਕਟਰ 67 ਦੀ ਵਿਦਿਆਰਥਣ ਸੀਰਤ ਗਿੱਲ ਨੇ CBSE ਬੋਰਡ ਵੱਲੋਂ ਅੱਜ ਐਲਾਨੇ ਗਏ ਨਤੀਜਿਆਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 95% ਦੀ ਅੰਕ ਜਿਹੜੇ ਹਾਸਲ ਕੀਤੇ ਬਾਦਲ ਵੱਲੋਂ ਅਕਾਲੀ ਬਸਪਾ ਸਰਕਾਰ ਆਉਣ ਤੇ ਨੀਲੇ ਕਾਰਡ ਧਾਰਕਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਗੱਠਜੋੜ ਸਰਕਾਰ ਦੇ ਸੱਤਾ ਵਿੱਚ ਆਉਣ ਤੇ 13 ਨੁਕਤੇ ਈਜੈਂਡਾ ਲਾਗੂ ਕਰਨ ਦਾ ਐਲਾਨ ਕੀਤਾ ਇਸ ਏਜੰਡੇ ਵਿੱਚ ਨੀਲੇ ਕਾੜ ਤਾਰਕਾਂ ਦੀ ਮੁੱਖੀ ਸਾਰੀਆਂ ਬਜ਼ੁਰਗ ਮਹਿਲਾਵਾਂ ਨੂੰ 2000 ਰੁਪਏ ਮਹੀਨਾ ਪੈਨਸ਼ਨ ਖੇਤੀਬਾੜੀ ਖਪਤਕਾਰਾਂ ਦੇ ਡੀਜ਼ਲ ਰੇਟ ਵਿੱਚ 10 ਰੁਪਏ ਪ੍ਰਤੀ ਲੀਟਰ ਕਟੌਤੀ ਅਤੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਜੂਨਟ ਬਿਜਲੀ ਤੇ ਵਿਦਿਆਰਥੀਆਂ ਨੂੰ ਵਿਆਜ ਮੁਕਤ 10 ਲੱਖ ਰੁਪਏ ਦਾ ਲੋਨ ਸ਼ਾਮਲ ਹੈ ਜਿਆਦਾ ਜਾਣਕਾਰੀ ਲਈ ਸ਼ਾਰਟ ਵੀਡੀਓ ਚੈਨਲ ਤੇ ਪਾਈ ਹੋਈ ਹੈ ਜਾ ਕੇ ਚੈੱਕ ਕਰੋ ਯੂਏਈ ਨੇ ਭਾਰਤ ਸਮੇਤ 6 ਦੇਸ਼ਾਂ ਤੋਂ ਹਟਾਈ ਪਾਬੰਦੀ ਪੰਜ ਤੋਂ ਸ਼ੁਰੂ ਹੋਣਗੀਆਂ ਫਲਾਈਟਾਂ ਸੰਯੁਕਤ ਅਰਬ ਅਮੀਰਾਤ ਨੇ ਭਾਰਤ ਸਮੇਤ 6 ਦੇਸ਼ਾਂ ਤੋਂ ਪਾਬੰਦੀ ਹਟਾ ਲਈ ਹੈ ਜਿਸ ਤੋਂ ਬਾਅਦ ਹੁਣ 5 ਅਗਸਤ ਤੋਂ ਫਲਾਈਟਾਂ ਚਾਲੂ ਹੋਣਗੀਆਂ ਇਸ ਵਿੱਚ ਯੂਏਈ ਦੀ ਜਾਇਜ਼ ਨਾਗਰਿਕਤਾ ਰੱਖਣ ਵਾਲੇ ਵੈਕਸੀਨੇਟਿਡ ਲੋਕਾਂ ਨੂੰ ਵੀ ਯਾਤਰਾ ਦੀ ਇਜਾਜ਼ਤ ਹੋਵੇਗੀ ਯਾਤਰਾ ਤੋਂ 72 ਘੰਟੇ ਪਹਿਲਾਂ ਦੀ ਨੈਗੇਟਿਵ आरटीपीसीआर टेस्ट रिपोर्ट ਦਿਖਾਣੀ ਜ਼ਰੂਰੀ ਹੈ 12ਵੀਂ ਜਮਾਤ ਦੀ ਵਿਦਿਆਰਥੀ ਸਕੂਲ ਬੱਸ ਡਰਾਈਵਰ ਨਾਲ ਭੱਜੀ ਘਰ ਤੋਂ ਛੇ ਟੋਲੇ ਸੋਨਾ ਲੈ ਕੇ ਫਰਾਰ ਹੋ ਪੰਜਾਬ ਤੋਂ ਖਬਰਾਂ ਜਿੱਥੇ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੀ 12ਵੀਂ ਦੀ 18 ਸਾਲਾ ਵਿਦਿਆਰਥੀ ਸਕੂਲ ਦੇ ਬੱਸ ਡਰਾਈਵਰ ਨਾਲ ਭੱਜ ਗਈ ਆ ਰਸਤੇ ਦੇ ਵਿੱਚ ਉਹ ਘਰ ਤੋਂ ਛੇ ਟੋਲੇ ਸੋਨਾ ਵੀ ਲੈ ਗਈ ਤੇ ਘਟਨਾ 31 ਜੁਲਾਈ ਦੀ ਹੈ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਬਹੁਤ ਪਾਲ ਕੀਤੀ ਪਰ ਹਾਲੇ ਤੱਕ ਉਸ ਦਾ ਕੁਝ ਪਤਾ ਨਹੀਂ ਲੱਗਾ ਸੋ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦੀ ਪਾਲ ਲਈ ਛਾਪੇ ਮਾਰੀ। ਸ਼ੁਰੂ ਕਰ ਦਿੱਤੀ ਆ ਦੋਵਾਂ ਬਾਰੇ ਅਜੇ ਕੋਈ ਸਰਾਗ ਨਹੀਂ। ਮਿਲ ਸਕਿਆ ਪਿੰਡ گاਉਂ ਲਡੋਈ ਦੇ ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦੀ 11 ਸਾਲ ਪਹਿਲਾਂ ਮੌਤ ਹੋ ਗਈ ਸੀ ਬਾਲਗ ਪੋਤੀ। ਭੋਗਪੁਰ ਦੇ ਇੱਕ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਚ ਪੜ੍ਹਦੀ ਸੀ 12ਵੀਂ ਦੀ ਵਿਦਿਆਰਥਣ ਸੀ ਤੇ 31 ਜੁਲਾਈ ਨੂੰ ਸਵੇਰੇ 7:30 ਵਜੇ ਆਮ ਦੇ ਵਾਂਗ ਬੱਸ ਰਾਹੀਂ ਘਰੋਂ ਸਕੂਲ ਗਈ ਇਸ ਤੋਂ ਬਾਅਦ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ ਉਹਨਾਂ ਨੂੰ ਚਿੰਤਾ ਹੋਣ ਲੱਗੀ ਉਸਨੇ ਮਾਰਾ ਨੂੰ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸराग ਨਹੀਂ ਮਿਲਿਆ ਖੁਸ਼ਖਬਰੀ 5 ਰੁਪਏ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ ਕੱਚੇ ਤੇਲ ਦੀਆਂ ਕੀਮਤਾਂ 'ਚੂ ਭਾਰੀ ਗਰਾਵਟਾ ਸੋ ਬਾਜ਼ਾਰ ਮਾਰਾਂ ਦੇ ਅਨੁਸਾਰ ਕੱਚੇ ਤੇਲ ਦੀਆਂ ਗਰਾਵਟਾਂ ਦਾ ਸਿੱਧਾ ਲਾਭ ਭਾਰਤ ਨੂੰ ਮਿਲ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 100 ਤੋਂ ਪਾਰ ਹਾਲਾਂਕਿ ਦੋ ਹਫ਼ਤਿਆਂ 'ਚੂ ਤੇਲ ਦੀਆਂ ਕੀਮਤਾਂ ਨਹੀਂ ਵਧੀਆਂ ਪਰ ਹੁਣ 5 ਰੁਪਏ ਤੇਲ ਦੀਆਂ ਕੀਮਤਾਂ ਡਿੱਗ ਸਕਦੀਆਂ ਨੇ ਕਿਉਂਕਿ ਕੱਚੇ ਤੇਲ ਦੀ ਕੀਮਤ 75 ਤੋਂ 72 ਡਾਲਰ ਪ੍ਰਤੀ ਬੈਰਲ ਤੱਕ ਹੇਠ ਲਿਖ ਤੇ ਕਾਰੋਬਾਰ ਰਹਿਣ ਦੀ ਉਮੀਦ ਹੈ ਫੂਡ ਪ੍ਰੋਸੈਸਿੰਗ ਉਦਯੋਗ ਲਈ ਸਰਕਾਰ ਦੇ ਲਈ ਹੈ 10 ਲੱਖ ਰੁਪਏ ਦੀ ਮਦਦ ਕਰੋਨਾ ਮਹਾਮਾਰੀ ਦੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਦੇ ਅਰਥਚਾਰਿਆਂ ਨੂੰ ਨੁਕਸਾਨ ਪਹੁੰਚਾਇਆ ਹੈ ਦੇਸ਼ ਭਰ ਦੇ ਛੋਟੇ ਕਾਰੋਬਾਰੀਆਂ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ ਲੱਖਰਾਂ ਰੁਪਏ ਆਰਥਿਕ ਪੱਖੋਂ ਪਰੇਸ਼ਾਨ ਹਨ ਇਸ ਨੂੰ ਕਾਬੂ ਕਰਨ ਦੇ ਲਈ ਕੇਂਦਰ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ذریعے ਲੋਕਾਂ ਦੀ ਮਦਦ ਕਰ ਰਹੀ ਇਹਨਾਂ ਯੋਜਨਾਵਾਂ ਵਿੱਚ ਇੱਕ ਹੈ ਪੀਐਮ ਫਾਰਮ ਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਐਂਟਰਪ੍ਰਾਈਜ਼ਸ ਸਕੀਮ ਇਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਹਾਲਾਂਕਿ ਯੋਜਨਾ ਦੇ ਨਾਂ ਤੋਂ ਪਤਾ ਲੱਗ ਰਿਹਾ ਹੈ ਕਿ ਫੂਡ ਪ੍ਰੋਸੈਸਿੰਗ ਖੇਤਰ ਨਾਲ ਜੁੜੀ ਯੋਜਨਾ ਹੈ ਜਿਹੜੇ ਲੋਕ ਖਾਦ ਉਦਯੋਗ ਵਿੱਚ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਸਰਕਾਰ ਮਦਦ ਦੇ ਰੂਪ ਵਿੱਚ ਮੋਟੀ ਰਕਮ ਦਿੰਦੀ ਹੈ 35000 ਕਰੋੜ ਦਾ ਨਿਵੇਸ਼ਾਂ 9 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸੂਬੇ ਤਹਿ ਕਰਨਗੇ ਇੱਕ ਜ਼ਿਲ੍ਹਾ ਇੱਕ ਉਤਪਾਦ ਸੋ 10 ਲੱਖ ਰੁਪਏ ਦੀ ਤੁਸੀਂ ਸਕੀਮ ਲੈ ਸਕਦੇ ਹੋ ਅਪਲਾਈ ਕਰਨ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਦੇਖੋ ਮਨਰੇਗਾ ਵਿੱਚ 47 ਲੱਖ ਦਾ ਫਰਜੀ ਵਾਲਾ ਅਧਿਕਾਰੀ ਡਕਾਰ ਗਿਆ ਲੱਖਾਂ ਰੁਪਏ ਕਾਗਜ਼ਾਂ 'ਚ ਹੋ ਰਹੇ ਨੇ ਵਿਕਾਸ ਅਤੇ ਕੰਮ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘੱਟ ਤੋਂ ਘੱਟ 100 ਦਿਨਾਂ ਦਾ ਰੁਜ਼ਗਾਰ ਦੇਣ ਵਾਲੀ ਮਨਰੇਗਾ ਯੋਜਨਾ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਕਰਮਚਾਰੀ ਮਿਲੀ ਭੁਗਤ ਕਰਕੇ 47 ਲੱਖ ਰੁਪਏ ਦਾ ਫਰਜੀ ਵਾਲਾ ਕਰ ਗਿਆ ਸੂਬੇ ਵਿੱਚ ਮਨਰੇਗਾ ਦੇ ਤਹਿਤ ਵਿਕਾਸ ਕੰਮ ਕਾਗਜ਼ਾਂ ਦੇ ਵਿੱਚ ਦਿਖਾਉਂਦੇ ਹੋਏ ਅਧਿਕਾਰੀਆਂ ਕਰਮਚਾਰੀਆਂ ਨੇ 32 ਲੱਖ 22596 ਰੁਪਏ ਅਤੇ ਬਿਨਾਂ ਜਾਜਤ ਤੋਂ ਬਣਾਈਆਂ ਗਲੀਆਂ ਰਾਹੀਂ 11 ਲੱਖ 9000 ਲਗਭਗ ਹਜਮ ਕਰ ਲਏ ਨੇ ਪਰ ਕੇਂਦਰ ਸਰਕਾਰ ਨੇ ਨਾ ਤਾਂ ਸਿਰਫ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਅਧਿਕਾਰੀਆਂ ਦਾ ਹਾਜਮਾ ਖਰਾਬ ਕਰਕੇ ਰੱਖਤਾ ਸਗੋ ਇਸ ਪੈਸੇ ਦੀ ਰਿਕਵਰੀ ਵੀ ਕਰ ਲਈ ਗਈ ਆ ਹਾਲਾਂਕਿ ਇਸ ਮਾਮਲੇ ਕੇਂਦਰ ਸਰਕਾਰ ਨੇ ਬੀਡੀਪੀਓ ਤੋਂ ਲੈ ਕੇ ਏਡੀਸੀ ਤੱਕ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੰਮੂ ਕਸ਼ਮੀਰ ਚੂ ਸਮੱਸਿਆਵਾਂ ਆਰਟੀਕਲ 370 ਤੋਂ ਨਹੀਂ ਸਗੋ ਬੰਦੂਕ ਤੋਂ ਪੈਦਾ ਹੋਈਆਂ ਉਮਰ ਅਬਦੁੱਲਾ ਨੈਸ਼ਨਲ ਕਾਨਫਰੰਸ ਐਮ ਸੀ ਦੇ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਮਰੂਪ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਜੋ ਸਮੱਸਿਆਵਾਂ ਪੈਦਾ ਹੋਈਆਂ ਨੇ ਉਹ ਆਰਟੀਕਲ 370 ਨਹੀਂ ਸਗੋ ਬੰਦੂਕ ਤੋਂ ਪੈਦਾ ਹੋਈਆਂ ਹਨ ਆਰਟੀਕਲ 370 ਦਾ ਦੇਸ਼ ਅਤੇ ਜੰਮੂ ਕਸ਼ਮੀਰ ਵਿਚਾਲੇ ਇੱਕ ਸੰਵਿਧਾਨਕ ਰابطਾ ਸੀ ਇਹ ਗੱਲ ਅਮਰੂਪ ਅਬਦੁੱਲਾ ਨੇ ਇੱਕ ਇੰਟਰਵਿਊ ਚ ਕਹੀ ਖਾਲਸਾ ਕਾਰਜ ਵਿਖੇ ਐਮਫਿਲ ਪੰਜਾਬੀ ਲਈ ਅਪਲਾਈ ਕਰਨ ਦੀ ਆਖਰੀ ਮਿੰਨਤੀ 10 ਅਗਸਤ ਡਾਕਟਰ ਮੈਲ ਸਿੰਘ ਵੱਲੋਂ ਵੱਡਾ ਬਿਆਨ ਇੰਗਲੈਂਡ 'ਚ ਕਰੋਨਾ ਦਾ ਕਹਿਰ ਮੁੜ ਸ਼ੁਰੂ ਕਿਤੇ ਤੀਜੀ ਲਹਿਰ ਦੀ ਦੌਰ ਵਲਤਾਨੀ ਵਧ ਰਿਹਾ ਹੈ ਦੇਸ਼ ਤੋਂ ਦੋਸਤੋ ਇੰਗਲੈਂਡ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਕਰੋਨਾ ਦਾ ਦੌਰ ਮੁੜ ਸ਼ੁਰੂ ਹੋ ਚੁੱਕਾ ਹੈ ਦੇਸ਼ ਨੂੰ ਦੇਖ ਕੇ ਖਦਸ਼ਾ ਲੱਗ ਰਿਹਾ ਹੈ ਕਿ ਦੇਸ਼ ਤੀਜੀ ਲਹਿਰ ਦੇ ਵੱਲ ਵਾਧਾ ਦਿਖਾਈ ਦੇ ਰਿਹਾ ਹੈ ਮਾਰਚ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਇੱਥੇ ਹੁਣ ਆਉਣੇ ਸ਼ੁਰੂ ਹੋ ਚੁੱਕੇ ਨੇ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ